सिख धर्म की हर गतिविधि अते गुरबाणी वास्ते हुने सब्सक्राइब करो गुरबाणी अखंड बाणी अते नोटिफिकेशंस वास्ते बेल नूं रिंग करो। वाहेगुरु जी का खालसा वाहेगुरु जी की फतेह। गुरु प्यारियो अज तक तुहानू असीं बड़ियां वीडियोज़ दिखाईयां जिस दे विच साबत सूरत अमरधारी वीर बहुत सारियां कुरहतां करदे होए नज़र आए, मर्यादा तो बाहर जाके मर्यादा तोड़दे होए नज़र आए। तो वह वीडियोज़ विखाण दा साडा सिर्फ एक मकसद हुंदा कि अज असीं कित्थे खड़े हाँ, आखिर कमी कित्थे रह गई है कि असीं बाणी बाणे दे धारनी हो के भी मर्यादा क्यों नहीं निभा पा रहे, अपने इष्ट नूं अपने प्यो नूं क्यों धोखा देण दी कोशिश कर रहे हैं। आओ एक होर वीडियो सामने आई है जिस दे विच साबत सूरत सिंह गात्रा पाई बैठा है ते ओ तमाकू लगांदा फड़िया गया ते फिर सिंगा ने की कीता आप भी वेख लो। आई वीडियो लाल आ देखो जी आ सिंह बने हुए नवे गात्रे पा के तमाकू मलदे इनू ला 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 इनू ला वीडियो पाउणी आ नेट ते पाउणी आ नाल तमाकू दी पूड़ी कढ जाओ चो दोबारा इहदी बेअदबी नूं धोण लाऊं तेरी इत्थे धोण लाऊं तेरी मैं ਤੁਸੀਂ ਜਿਹੜਾ ਬੇਅਦਬੀ ਕਰਦੇ ਆ ਗੁਰੂ ਦੀ ਤੁਹਾਨੂੰ ਤੁਹਾਡੇ ਮਜ਼ਾਕ ਹੀ ਆ ਗੁਰੂ। ਆ ਦੇਖੋ ਜੀ ਆ ਹੁਸ਼ਿਆਰਪੁਰ ਆ ਇੱਥੇ ਇਹ ਸਿੰਘ ਸਾਹਿਬ ਬਣੇ ਫਿਰਦੇ ਗਾਤਰੇ ਪਾ ਕੇ ਤਮਾਕੂ ਦੀਆਂ ਪੁੜੀਆਂ ਜੇਬ ਚ ਪਾਈ ਫਿਰਦੇ ਆ ਸਿਰ ਆਮ ਲੋਕਾਂ ਮਰ ਸ਼ਰਮ ਨੀ ਆਉਂਦੀਆਂ ਲੋਕਾਂ ਨੂੰ ਇਹਨੂੰ ਲਾ ਬੰਦੇ ਵਾਂਗੂ ਹੁਣ ਇੱਥੇ ਕੱਪੜੇ ਪਾੜ ਕੇ ਲਾਊ ਹੁਣ ਮੈਂ ਲਾ ਇਹਨੂੰ ਸ਼ਰਮ ਹੀ ਹੈ ਜਾਣੇ ਲੋਕਾਂ ਨੂੰ ਬਿਲਕੁਲ ਹੀ ਬੇੜਾ ਗਰਕ ਆ ਪਿਆ ਇੱਧਰ ਆ ਇੱਧਰ ਇੱਧਰ ਜਿੱਥੇ ਮਾਰੀ ਚੱਲ ਜਾ ਦਿਖਾਵੇ ਕਿਉਂ ਕਰਦੇ ਤੁਸੀਂ ਲਾ ਇਹਨੂੰ ਨਾ ਤਮਾਕੂ ਦੀ ਪੁੜੀ ਕੱਢ ਜਲੂਸ ਕੱਢਣਾ ਤੇਰਾ ਪੂਰਾ ਮੈਂ ਤੂੰ ਮੈਂ ਤੇਰੀ ਦਾੜੀ ਮੇਰੀ ਤੇ ਤੁਹਾਡੀ ਉਮਰ ਜ਼ਿਆਦਾ ਮੇਰੇ ਤੋਂ ਦਾੜੀ ਦੀ ਗੱਲ ਕਰਦਾ ਤਾਂ ਮੇਰੇ ਗੁਰੂ ਦਾ ਹੁਕਮ ਧੌਣ ਲਾ ਦੇ ਉਹਦੀ ਲਾ ਲਾ ਇਹਨੂੰ ਲਾ ਬੰਦਿਆਂ ਨੂੰ ਲਾ ਲਾ ਆਪਾਂ ਜੀ ਦੇਖੋ ਅਸੀਂ ਲੋਕਾਂ ਦੇ ਹਾਲ ਲਾ ਇਹਨੂੰ ਲਾ ਇਹਨੂੰ ਪਿੰਡ ਕਿਹੜਾ ਤੁਹਾਡਾ ਲਾਇਸੈਂਸ ਲਾਓ ਆਪਣਾ ਲਾਇਸੈਂਸ ਕੱਢੋ ਆਪਣਾ ਲਾਇਸੈਂਸ ਕੱਢੋ ਯਾਰ ਹੱਦ ਹੋ ਗਈ ਨਾ ਲੋਕਾਂ ਨੇ ਬੇੜਾ ਗਰਕ ਕੀਤਾ ਸਿੱਖੀ ਦਾ ਤੇਰੀ ਦਾੜੀ ਦਾੜੀ ਚਿੱਟੀ ਕਰਕੇ ਮੈਂ ਕਦਰ ਕਰ ਲਈ ਤਾਂ ਤੇਰੀ ਧੌਣ ਲਾਉਣੀ ਸੁਣੀ ਇੱਥੇ ਸਮਝ ਗਿਆ ਨਾ ਤੁਹਾਡੇ ਲਈ ਗੁਰੂ ਕੁਛ ਵੀ ਐ ਤੁਹਾਡੇ ਲਈ ਆਪਣੇ ਬੱਚੇ ਉਹਨਾਂ ਨੂੰ ਸ਼ਹੀਦ ਕਰਾਤੇ ਤੁਹਾਡੇ ਵਾਸਤੇ ਕੋਈ ਨਹੀਂ ਸਿੱਖੀਦਾ ਮੈਂ ਨਾ ਆ ਦੇਖੋ ਜਲੂਸ ਇਹਨਾਂ ਦਾ ਸ਼ਰਮ ਵਾਲੀ ਗੱਲ ਸਿਆਣੇ ਬਣੇ ਬੰਦੇ ਦਾ ਹਾਲ ਆ ਲਿਆ ਫੜਾਓ ਇਹਨੂੰ ਛੱਡ ਦੋ ਸਾਡੇ ਦੇ ਸਤਿਕਾਰ ਜੋ ਹੋ ਗਿਆ ਇਹ ਆ ਫੜੀ ਹੋਰ ਕੀ ਆ ਕੜਾ ਵੀ ਲਾਓ ਲਾਓ ਕੜਾ ਵੀ ਹੈ ਨੀ ਇਸ ਲੈਕ ਦੇ ਵਿੱਚ ਹੈ ਨੀ ਕਕਾਰ ਨੀ ਪਾਉਣੀ ਕੰਗਾ ਕਢਾਉਣਾ ਨੀ ਕਿਉਂਕਿ ਪੱਗ ਲਿਥ ਜਾਣੀ ਆ ਠੀਕ ਹੈ ਜੇ ਤਾਂ ਕਹਦਾ ਮਾਰ ਕੇ ਮੁੱਕੀ ਭਾਂਦਵਾ ਨਸਾਂ ਤੇ ਹੁਣ ਤੇਰਾ ਪਿੰਡ ਕਿਹੜਾ ਦੱਸ ਬੋਲ ਪਿੰਡ ਕਿਹੜਾ ਪਿੰਡ ਮੇਰੇ ਗੜਦੀਵਾਲ ਆ ਯਾਰ ਗੜਦੀਵਾਲ ਨਾਂ ਕੀ ਆ ਤੇ ਬਸ ਗੁਰਦੁਆਰਾ ਨਾਂ ਕੀ ਆ ਕਮਲਜੀਤ ਸਿੰਘ ਠੀਕ ਆ ਆਪਣਾ ਲਾਇਸੈਂਸ ਦਿਖਾਓ ਆਪਣਾ ਗਾਂਹ ਵਾਸਤੇ ਬੇਅਦਬੀ ਕਰਨੀ ਨਹੀਂ ਪੁੱਗਦਾ ਨਾ ਪਾਓ ਨਹੀਂ ਪੁੱਗਦਾ ਨਾ ਪਾਓ ਸਮਝ ਗਏ ਨਾ ਜਾਓ ਹੁਣ ਤੁਹਾਡੀ ਵੀਡੀਓ ਨੈਟ ਤੇ ਪੈਣੀ ਹੈ ਜੀ ਗੁਰੂ ਪਿਆਰਿਓ ਕਿਤੇ ਨਾ ਕਿਤੇ ਇਹ ਹਾਲਾਤ ਜੋ ਅੱਜ ਕੌਮ ਦੇ ਵਿੱਚ ਪੈਦਾ ਹੋਏ ਨੇ ਇਸ ਦੇ ਵਿੱਚ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਕਹਿ ਸਕਦੇ ਹਾਂ ਕਿ ਕਮੀ ਸਾਡੇ ਆਪਣਿਆਂ ਵਿੱਚ ਰਹੀ ਹੈ ਕਿਉਂਕਿ ਅਸੀਂ ਕਿਤੇ ਨਾ ਕਿਤੇ ਆਪਣੇ ਧਰਮ ਦੀ ਅਸਲ ਫੂਕ ਆਪਣੇ ਧਰਮ ਦੀ ਅਸਲ ਅਮੀਰੀ ਆਪਣੇ ਧਰਮ ਦਾ ਅਸਲ ਚਾਨਣ ਆਪਣੀਆਂ ਪੀੜ੍ਹੀਆਂ ਵਿੱਚ ਫੂਕਣਾ ਭੁੱਲ ਗਏ ਹਾਂ ਅਸੀਂ ਪਖੰਡਾਂ ਦੇ ਪਿੱਛੇ ਲੱਗ ਕੇ ਢੋਂਗਾਂ ਦੇ ਪਿੱਛੇ ਲੱਗ ਕੇ ਇਹ ਭੁੱਲ ਗਏ ਹਾਂ ਕਿ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੀ ਸੇਧ ਦਿੰਦਾ ਹੈ ਸ਼ਬਦ ਗੁਰੂ ਸਾਨੂੰ ਕੀ ਸਿਖਾਉਂਦਾ ਹੈ ਸਾਨੂੰ ਗੁਰੂ ਦੇ ਲੜ ਕਿਉਂ ਲੱਗਣਾ ਚਾਹੀਦਾ ਹੈ ਸਾਨੂੰ ਕਿਉਂ ਆਪਣੇ ਬੱਚਿਆਂ ਨੂੰ ਬਾਣੀ ਬਾਣੀ ਦਾ ਧਾਰਨੀ ਬਣਨਾ ਚਾਹੀਦਾ ਸਾਨੂੰ ਕਿਉਂ ਆਪ ਬਾਣੀ ਕੰਠ ਕਰਨੀ ਚਾਹੀਦੀ ਹੈ ਅਸੀਂ ਇਹ ਸਾਰੀਆਂ ਗੱਲਾਂ ਭੁੱਲ ਗਏ ਹਾਂ ਤੇ ਜਿਹਨਾਂ ਨੂੰ ਇਹ ਗੱਲਾਂ ਯਾਦ ਨੇ ਉਹ ਪਰਿਵਾਰ ਸੁਖੀ ਸਾਂਦੀ ਨੇ ਤੇ ਜਿਹਨਾਂ ਨੇ ਇਹ ਗੱਲਾਂ ਵਿਸਾਰ ਦਿੱਤੀਆਂ ਕਿਤੇ ਨਾ ਕਿਤੇ ਉਹੀ ਪਰਿਵਾਰ ਪੰਜਾਬ ਦੇ ਵਿੱਚ ਅੱਜ ਰੁਲਦੇ ਹੋਏ ਨਜ਼ਰ ਆਉਂਦੇ ਨੇ ਇਸ ਕਰਕੇ ਹੱਥ ਬੰਨ ਕੇ ਬੇਨਤੀ ਹੈ ਕਿ ਗੁਰੂ ਦੇ ਲੜ ਲੱਗੋ ਨਸ਼ੇ ਤਿਆਗੋ ਸੱਚੀ ਸੁੱਚੀ ਜ਼ਿੰਦਗੀ ਬਤੀਤ ਕਰੋ ਤੇ ਫਿਰ ਵੇਖੋ ਪਰਮਾਤਮਾ ਤੁਹਾਡੇ ਉੱਤੇ ਕਿੱਦਾਂ ਮਿਹਰ ਦਾ ਹੱਥ ਰੱਖਦਾ ਹੈ ਤੁਹਾਨੂੰ ਕਦੇ ਤੁਹਾਡਾ ਪੇ ਕਿਸੇ ਚੀਜ਼ ਦੀ ਕਮੀ ਹੋਣ ਹੀ ਨਹੀਂ ਦੇਗਾ ਜੇ ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟ 'ਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।